ਸਲਵਾਤ ਦਾ ਪੜ੍ਹਨਾ ਬਹੁਤ ਬੜੀ ਇਬਾਦਤ ਹੈ। ਸਾਰੇ ਹਜ਼ਰਾਤ ਮਿਲ ਕੇ ਯੱਕ ਜ਼ੁਬਾਨ ਹੋ ਕੇ ਸਲਵਾਤ ਪੜ੍ਹੋ, ਮੁਹੰਮਦ ਅਹਿਲ ਬੈਤ ਮੁਹੰਮਦ ਦੀ ਜ਼ਾਤ। ਦਰੂਦ ਪੜ੍ਹੋ ਮੁਹੰਮਦ ਅਹਿਲ ਬੈਤ ਮੁਹੰਮਦ ਦੀ ਜ਼ਾਤ 'ਤੇ ਬੁਲੰਦ ਆਵਾਜ਼ ਦੇ ਨਾਲ। ਇਲਤਮਾਸ ਹੈ ਜਿਹੜੇ ਮੇਰੇ ਮੁਹਤਰਮ ਮਵਾਲੀਆਂ ਨੇ ਹੈਦਰ ਕਰਾਰ ਹੁਬਦਰਾਂ ਨੇ ਮੁਹੰਮਦ ਅਹਿਲ ਬੈਤ ਮੁਹੰਮਦ ਅਲੈਹ ਸਲਾਮ, ਤਵੱਜੋ ਮੇਰੇ ਪਾਸੇ, ਦਰਵਾਜ਼ੇ ਦੇ ਸਾਹਮਣੇ ਬੈਠੇ ਨੇ, ਥੋੜ੍ਹਾ ਥੋੜ੍ਹਾ ਇੱਕ ਇੱਕ ਕਦਮ ਅਗਰ ਮਿਹਰਬਾਨੀ ਕਰਨ 'ਤੇ ਅੱਗੇ ਆ ਜਾਣ ਤਾਂ ਬੜੀ ਮਿਹਰਬਾਨੀ ਹੋਵੇਗੀ। ਬਾਜਵਾ ਸਾਹਿਬ ਬੜੀ ਮਿਹਰਬਾਨੀ, ਅਗਰ ਤੁਸੀਂ ਆ ਕੇ ਸਾਹਮਣੇ ਸਮਾਤ ਫਰਮਾਓ ਮੇਰੇ ਵਾਸਤੇ ਬੜੀ ਸਾਦਤ ਦੀ ਗੱਲ ਹੈ। ਜਿਵੇਂ ਸਾਰੇ ਕੋਸ਼ਿਸ਼ ਕਰੋ ਜਿਹੜੇ ਪਿਛਲੇ ਵੀ ਬੈਠੇ ਹੋ, ਉਹ ਭਾਈ ਮਲੰਗ ਮੇਰੇ ਪਾਸੇ ਤਵੱਜੋ ਕਰੋ, ਥੋੜ੍ਹਾ ਥੋੜ੍ਹਾ ਅੱਗੇ ਇੱਕ ਕਦਮ ਆ ਜਾਓ, ਮਿਹਰਬਾਨੀ ਕਰੋ। ਦਰੂਦ ਪੜ੍ਹੋ ਮੁਹੰਮਦ ਅਹਿਲ ਬੈਤ ਮੁਹੰਮਦ ਦੀ ਜ਼ਾਤ 'ਤੇ ਬੁਲੰਦ ਆਵਾਜ਼ ਦੇ ਨਾਲ। ਨਾਰੇ ਤਕਬੀਰ, ਖਾਲਿਕ ਅਕਬਰ ਦਾ ਨਾਮ ਜਿਵੇਂ ਬੁਲੰਦ ਹੈ, ਸਾਡੀ ਹੈਸੀਅਤ ਨਹੀਂ ਮੈਂ ਬੁਲੰਦੀ ਦਾ ਇਜ਼ਹਾਰ ਕਰ ਸਕੀ। ਆਪਣੀ ਪੂਰੀ ਕੋਸ਼ਿਸ਼ ਦੇ ਨਾਲ ਉਸ ਦੀ ਅਕਬਰੀਅਤ ਦਾ ਐਲਾਨ ਕਰੋ। ਅੱਲਾਹੁ ਅਕਬਰ ਆਖੋ। ਨਾਰੇ ਤਕਬੀਰ, ਨਾਰੇ ਰਿਸਾਲਤ ਯਾ ਰਸੂਲੁੱਲਾਹ, ਨਾਰੇ ਰਿਸਾਲਤ ਯਾ ਰਸੂਲੁੱਲਾਹ, ਨਾਰੇ ਹੈਦਰੀ, ਨਾਰੇ ਹੈਦਰੀ, ਹੁਸੈਨੀਅਤ ਹੁਸੈਨੀਅਤ, ਯਜ਼ੀਦੀਅਤ ਯਜ਼ੀਦੀਅਤ, ਬਾਵਾਜ਼ ਬੁਲੰਦਰ ਸਲਾਵਾਤ। ਹੈ ਬਜ਼ੁਰਗਾਂ ਭਾਈਆਂ ਦੀ ਇਜਾਜ਼ਤ ਮੈਂ ਆਪਣੀ ਨੌਕਰੀ ਦਾ ਆਗਾਜ਼ ਕਰਾਂ। ਚਿੱਲਾ ਸਾਹਿਬ ਮਾਸ਼ਾਅੱਲਾਹੁ ਲਾ ਹੌਲਾ ਵਲਾ ਕੁਵਤਾ ਇੱਲਾ ਬਿੱਲਾਹਿਲ ਅਲੀਲ ਅਜ਼ੀਮ। ਬਿਸਮਿਲ੍ਲਾਹਿਰ-ਰਹਿਮਾਨ ਰਹੀਮ, ਬੁਲੰਦ ਸਲਵਾਤ ਅਲਹਮਦੁਲਿਲਾਹ ਰੱਬਿਲ ਆਲਮੀਨ ਵੱਲਾਕਿਬਾਤੁ ਲਿਲ ਮੁਤਕੀਨ, ਸੋਹਣੀ ਅਤੇ ਬੁਲੰਦ ਸਲਵਾਤ ਵੰਨਾਰੁ ਲਿਲ ਮੁਆਨਿਦੀਨ ਅਸਸਲਾਤੁ ਵਸਸਲਾਮੁ ਅਲਾ ਜਮੀਅਲ ਅੰਬੀਆ ਵਲ ਮੁਰਸਲੀਨ,
ਖਸੂਸਨ ਅਲਾ ਮੁਹੰਮਦ ਦਿਲ ਮੁਸਤਫਾ ਸੈਯਦ ਅਲ ਮੁਰਸਲੀਨ ਅਬਿਲ ਕਾਸਿਮੇ ਮੁਹੰਮਦ ਅਸਲਾਤੁ ਵਸਲਾਮ ਹਸਨ ਅਲ ਮਸਮੂਮ ਵ ਹੁਸੈਨ ਅਲ ਮਜ਼ਲੂਮ ਅਲ ਮਕਤੂਲ ਵ ਗਰੀਬ ਅਲ ਮਿਨਰਜ਼ੇ ਕਰਬਲਾ ਅਲਜ਼ੀ ਕਾਲਾ ਵਕਤ ਵਿਦਾਏ ਹੀ ਮਿਨ ਅਲ ਖਯਾਮ ਯਾ ਜ਼ੈਨਬ ਵ ਯਾ ਉਮ ਕੁਲਸੂਮ ਵ ਯਾ ਸਕੀਨਤੁ ਅਲੈਕੁੰਨਾ ਮਿਨ ਸਲਾਮ ਏਤਰੀ ਜੀ ਸਾਂਗ ਹਾਈ ਨੇਜ਼ੇ ਦੀ ਯਾ ਜੰਜਈ ਪੀਰ ਅਕਬਰ ਦੀ ਆ ਵੇਖ ਤਾਂ ਸਹੀ ਸ਼ਾਹ ਘਿਨ ਆਇਆ ਕੁਲ ਨਕਦੀ ਆਪਣੇ ਘਰ ਦੀ ਅਜ਼ਾਦਰਾਨੇ ਕਰੀਮੇ ਕਰਬਲਾ ਅਲੈ ਸਲਾਮ ਕਿਹੜੇ ਵੇਲੇ ਦਾ ਬੰਦ ਪੜੇ ਸਮਝਾ ਕੇ ਪੜ੍ਹਨਾ ਚਾਹੁੰਦਾ ਐਸਾ ਮਜ਼ਮੂਨ ਕੋਈ ਨਹੀਂ ਜਿਹੜਾ ਤੁਹਾਨੂੰ ਯਾਦ ਨਾ ਹੋਵੇ ਨਾ ਐਸਾ ਗੋਸ਼ ਹੈ ਮੁਸਾਹਿਬ ਦਾ ਜਿਹੜਾ ਤੁਹਾਡੇ ਜ਼ਿਹਨਾਂ ਵਿੱਚ ਮਹਿਫੂਜ਼ ਨਾ ਹੋਵੇ ਜ਼ਿਕਰ ਦਾ ਅਸਰ ਹੈ ਜਿਹੜਾ ਜਿਤਨਾ ਵੀ ਰੋਏ ਰੱਜਾ ਕੋਈ ਨਹੀਂ ਜਿਵੇਂ ਜੋ ਕੁਰਾਨ 14 ਸਦੀਆਂ ਗੁਜ਼ਰ ਗਈਆਂ ਨੇ ਕਲਾਮ ਇਲਾਹੀ ਜ਼ਿੰਦਾ ਹੋ ਜਾਵੇ ਜ਼ਿਕਰ ਇਵੇਂ ਨਾਤਕ ਹੈ ਕੁਰਾਨ ਦਾ ਜ਼ਿਕਰ ਹਲਬ ਦਵਸ ਦਾ ਇੱਕ ਤਾਜਰ ਏ ਨਾਮ ਏ ਜ਼ੈਦ ਇਬਨ ਸਲਾਮ ਜ਼ੈਦ ਨਾਮ ਏ ਸਲਾਮ ਦਾ ਪੁੱਤਰ ਏ ਅੰਬਰ ਓ ਕਸਤੂਰੀ ਫਰੋਖਤ ਕਰਦਾ ਏ ਅੰਬਰ ਓ ਕਸਤੂਰੀ ਦਾ ਤਾਜਰ ਏ ਯਾਨੀ ਨਾ ਸਿਰਫ ਇਸ ਵਕਤ ਉਸ ਵਕਤ ਬਲਕਿ ਆਉਣ ਵਾਲਿਆਂ ਵਕਤਾਂ ਵਿੱਚ ਵੀ ਤਮਾਮ ਮਸਨੂਆਤ ਤੋਂ ਮਹਿੰਗੀ ਤਰੀਨ ਮਸਨੂਆਤ ਦਾ ਤਾਜਰ ਏ ਔਰ ਇੱਕ ਮਾਹਿਰ ਮੁਸੱਵਰ ਵੀ ਹੈ ਆਪਣੇ ਦੌਰ ਦੇ ਵਿੱਚ ਉਸ ਦਾ ਸਾਨੀ ਕੋਈ ਨਹੀਂ ਤਸਵੀਰਗਰੀ ਦੇ ਵਿੱਚ ਰਬੀਉਲ ਅਵਲ ਦਾ ਮਹੀਨਾ ਬੜੀ ਜਲਦੀ ਦੇ ਨਾਲ ਗੁਜ਼ਰਦਾ ਪਿਆ ਸੋਚਦਾ ਜਾਂਦਾ ਕਿੱਥੋਂ ਕਿੱਥੋਂ ਕਟਿੰਗ ਕਰਕੇ ਆਪਣੇ ਦਾਮਨੇ ਵਕਤ ਜੇ ਗੁੰਜਾਇਸ਼ ਜਿਤਨੀ ਪੜ੍ਹਾਂ ਰਬੀਉਲ ਅਵਲ ਦਾ ਮਹੀਨਾ 60 ਹਿਜਰੀ ਯਾਨੀ ਅਕਬਰ ਦੇ ਬਾਬੇ ਦੇ ਵਤਨ ਛੱਡਣ ਤੋਂ ਇੱਕ ਸਾਲ ਪਹਿਲਾਂ 70 ਉੱਠ ਸ਼ਮਾਮੇ ਤਜਾਰਤ ਤਿਆਰ ਕਰਕੇ ਹਲਬ ਤੋਂ ਟੁਰਾਏ ਅਤੇ ਰਸਤੇ 'ਚ ਗੱਲ ਕਰਦਾ ਆਉਂਦਾ ਕਿ ਮਦੀਨੇ ਜਾ ਸਾਂ ਜ਼ਹਰਾ ਦੇ ਲਾਲ ਦੀ ਜ਼ਿਆਰਤ ਕਰੇ ਸਾਂ ਸੋਹਣਾ ਪਿਆ ਵਸਦਾ ਉਹ ਸੀ ਬਤੂਲ ਦਾ ਚੰਨ ਹਾਏ ਮਾਰਫਤ ਦਾ ਰੋਣੇ ਮੁਕੱਦਰ ਦਾ ਰੋਣੇ ਜਿਹਨਾਂ ਦੇ ਮੁਕੱਦਰ 'ਚ ਆਂਸੂ ਨਾ ਰੋਮਣੇ ਧੀ ਰਸੂਲ ਦੀ ਰਾਜ਼ੀ ਹੋਵੇ ਅਦੇ
ਮਦੀਨੇ ਜਾ ਸਾਂ, ਸੋਹਣਾ ਵਸਦਾ ਪਿਆ ਉਸੀ ਬਤੂਲ ਦਾ ਚੰਨ, ਜ਼ਿਆਰਤ ਕਰੇ ਸਾਂ, ਇਮਾਮ ਦੀ ਕਦਮ ਬੋਸੀ ਕਰੇ ਸਾਂ। ਇਹ ਗੱਲਾਂ ਕਰਦਾ ਕਰਦਾ, ਸੋਚਦਾ ਸੋਚਦਾ, ਮੰਜ਼ਲਾਂ ਅਬੂਰ ਕਰਦਾ ਆਏ ਮਦੀਨੇ। ਮਦੀਨੇ ਦਾਖਿਲ ਪਿਆਉਂਦੇ ਇਸ ਮੰਜ਼ਰ ਅਜੀਬ ਡਿੱਠਾ। ਮਦੀਨੇ ਦੇ ਲੋਕ, ਦੁਕਾਨਦਾਰ ਹਜ਼ਰਾਤ ਜਾਂ ਮਦੀਨੇ ਦੇ ਰਹਿਣ ਵਾਲੇ ਰਿਹਾਇਸ਼ੀ ਲੋਕ, ਦੁਕਾਨਾਂ ਖੁੱਲ੍ਹੀਆਂ ਛੋੜ ਕੇ, ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੋੜ ਕੇ ਮਸਜਿਦ ਨਬਵੀ ਵਾਲੇ ਪਾਸੇ ਪੇ ਦੌੜਦੇ ਨੇ। ਹੈਰਾਨ ਪਰੇਸ਼ਾਨ ਨੇ ਇਸ ਗੱਲ ਤੋਂ, ਲੋਕਾਂ ਦੇ ਮਸਜਿਦ ਜਾਣ ਤੋਂ ਹੈਰਾਨ ਨਹੀਂ, ਇਸ ਗੱਲ ਤੋਂ ਹੈਰਾਨ ਹੈ ਕਿ ਵਾਜਿਬ ਨਮਾਜ਼ ਦਾ ਵਕਤ ਕੋਈ ਨਹੀਂ ਅਤੇ ਮੁਸਲਮਾਨ ਮਸਜਿਦ ਵਾਲੇ ਪਾਸੇ ਪੇ ਦੌੜਦੇ ਨੇ। ਡੀਗਰ ਤੋਂ ਕੁਝ ਬਾਅਦ ਦਾ ਵਕਤ ਆ ਜਿਸ ਵਕਤ ਉਹ ਮਦੀਨੇ ਗਿਆ। ਅੱਲਾ ਜਾਣੇ ਖੈਰ ਹੋਵੇ। ਇਸ ਆਪਣੀ ਹੈਰਤ ਨੂੰ ਖਤਮ ਕਰਨ ਵਾਸਤੇ ਇੱਕ ਦੌੜ ਦੇ ਤਾਜਰ ਦੇ ਬਾਜ਼ੂ ਤੋਂ ਪਕੜੇ ਅਤੇ ਆਦੇ ਬੰਦੇ ਖੁਦਾ, ਵਜ੍ਹਾ ਕਿਆ ਹੈ ਹਰ ਕੋਈ ਮਸਜਿਦ ਨਬਵੀ ਵਾਲੇ ਪਾਸੇ ਪੈ ਜਾਂਦਾ ਹੈ? ਮੈਂ ਹੈਰਾਨ ਹਾਂ। ਉਸ ਦੌੜ ਦੇ ਤਾਜਰ ਜਿਹੜੀ ਗੱਲ ਕੀਤੀ ਹੈ, ਇਸ ਦੀ ਹੈਰਾਨਗੀ ਹੋਰ ਵੱਧ ਗਈ। ਉਸ ਬਾਜ਼ੂ ਛੁੜਾ ਕੇ ਆਖਿਆ, ਇਬਾਦਤ ਵਿੱਚ ਖਲਲ ਨਾ ਪਾਓ। ਜਦ ਆਖਿਆ ਨਾ ਇਬਾਦਤ ਵਿੱਚ ਖਲਲ ਨਾ ਪਾ, ਹੈਰਾਨ ਹੋ ਪਰੇਸ਼ਾਨ ਹੋ ਗਿਆ, ਇਹ ਵਾਜਬ ਨਮਾਜ਼ ਤੋਂ ਵੱਡੀ ਇਬਾਦਤ ਕੋਈ ਨਹੀਂ। ਮੈਂ ਪੁੱਛਿਆ, ਨਮਾਜ਼ ਦਾ ਵਕਤ ਕੋਈ ਨਹੀਂ, ਯਾਦਾ ਇਬਾਦਤ ਵਿੱਚ ਖਲਲ ਨਾ ਪਾ। ਦੂਸਰੀ ਗੱਲ, ਅਗਲੀ ਗੱਲ ਉਸ ਜਿਹੜੀ ਕੀਤੀ, ਉਸ ਆਖਿਆ ਇਬਾਦਤ ਵਿੱਚ ਖਲਲ ਨਾ ਪਾ, ਨਬੀਆਂ ਦੇ ਸੁਲਤਾਨ ਦੇ ਚਿਹਰੇ ਦੀ ਜ਼ਿਆਰਤ ਕਰਨੀ ਆ ਅਤੇ ਜਲਦੀ ਮਸਜਿਦ ਨਬਵੀ 'ਚ ਆ। ਹੈਰਾਨ ਹੋ ਗਿਆ। ਪੈਗੰਬਰ ਨੂੰ ਦੁਨੀਆ ਤੋਂ ਬੁਰਕਾ ਵਟਾਇਆ ਹੋ ਗਏ ਨੇ 49 ਸਾਲ, ਇਹ ਬੰਦਾ ਅੱਜ ਪਿਆ ਦਾ ਇੱਕ ਸੁਲਤਾਨੁਲ ਅੰਬੀਆ ਦੀ ਜ਼ਿਆਰਤ ਕਰਨੀ ਆ ਅਤੇ ਮਸਜਿਦ ਨਬਵੀ 'ਚ ਆ। ਦੋਵੇਂ ਹੈਰਾਨ ਕੁਨ ਗੱਲਾਂ ਆਦੇ, ਇਵੇਂ ਹੈਰਾਨਗੀ ਦੇ ਤਾਸੁਰਾਤ ਜ਼ਿਹਨ 'ਚ ਲੈ ਕੇ ਭਾਰੀ ਕਦਮ ਚਾ ਕੇ ਮਸਜਿਦ ਦੇ ਦਰਵਾਜ਼ੇ 'ਤੇ ਪਹੁੰਚਿਆ ਅਤੇ ਵੇਖਿਆ ਕਿਆ ਹੈ, ਅੱਖਾਂ ਖੁੱਲ੍ਹੀਆਂ ਰਹਿ ਗਈਆਂ, ਮੂੰਹ ਖੁੱਲ੍ਹਾ ਰਹਿ ਗਿਆ ਹੈ। 17 ਸਾਲਾਂ ਦੇ ਪੁੱਤਰ ਨੂੰ ਕੁਰਸੀ 'ਤੇ ਬਹਾ ਕੇ, ਨਾਨੇ ਮੁਹੰਮਦ ਦੀ ਪੋਸ਼ਾਕ ਜ਼ੇਬੇ ਤਨ ਕਰਕੇ, ਨਾਨੇ ਮੁਹੰਮਦ ਦੀ ਨਾਲਾਇਨ ਪਵਾ ਕੇ, ਇਮਾਮਾਂ ਬੰਦਿਆਂ ਹੁਸੈਨ ਫਰਮਾਇਆ ਏ, ਜੈ ਮੇਰੇ ਨਬੀਆਂ ਦੇ ਸੁਲਤਾਨ, ਨਾਨੇ ਦੀ ਜ਼ਿਆਰਤ ਨਹੀਂ ਕੀਤੀ, ਉਹ ਮੇਰਾ ਅਕਬਰ ਵੇਖੇ। ਹਾਏ ਹਾਏ, ਹਰ ਕਿਸੇ ਜ਼ਿਆਰਤ ਕੀਤੀ ਏ, ਜ਼ਿਆਦਾਤਰ ਮੈਂ ਵੀ ਜ਼ਿਆਰਤ ਕੀਤੀ ਏ। ਮਸਜਿਦ ਦਾ ਰਸ਼ ਘਟੇ, ਜਲਦੀ ਪੈ ਕਰਦਾ, ਜ਼ਾਕਰੀਨ ਕਾਫੀ ਤਾਦਾਦ ਵਿੱਚ ਪੇ ਆਉਂਦੇ ਨੇ। ਅਦੇ ਮਸਜਿਦ ਦਾ ਰਸ਼ ਘਟੇ, ਇਮਾਮ ਦੀ ਖਿਦਮਤ 'ਚ ਹਾਜ਼ਰ ਹੋਇਆ, ਦਸਤ ਬਦਸਤਾ ਹੋ ਕੇ ਆਖਿਆ, ਮੌਲਾ ਦੂਰ ਦਾ ਮੁਸਾਫਿਰ ਹਾਂ, ਤਾਜਰ ਹਾਂ, ਔਰ ਤੁਹਾਡੇ ਬਾਬੇ ਦਾ ਸ਼ੀਆ ਵੀ ਹਾਂ। ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਮੁਸੱਵਰ ਵੀ ਹਾਂ, ਤੁਹਾਡੇ ਮੁਹੰਮਦ ਪੁੱਤਰ ਦੀ ਤਸਵੀਰ ਬਣਾ ਲਵਾਂ। ਇਮਾਮ ਦਿੱਤੀ ਹੈ ਇਜਾਜ਼ਤ ਅਤੇ ਇਸ ਬਣਾਈ ਹੈ ਤਸਵੀਰ, ਹੂ ਬਹੂ ਬਣਾਈ ਹੈ। ਸ਼ਹਿਜ਼ਾਦੇ ਦੇ ਹੁਸਨ ਨੂੰ ਕੋਈ ਹੂ ਬਹੂ ਬਣਾ ਨਹੀਂ ਸਕਦਾ, ਚੂੰਕਿ ਇਜਾਜ਼ਤ ਅਤੇ ਇਮਾਮ ਰਜ਼ਾਏ ਇਮਾਮ ਸ਼ਾਮਿਲ ਹੋ ਗਈ ਹੈ, ਇਸ ਵਾਸਤੇ ਇਸ ਹੂ ਬਹੂ ਤਸਵੀਰ ਬਣਾਈ ਹੈ। ਤਸਵੀਰ ਬਣਾ ਕੇ ਇਮਾਮ ਦੀ ਖਿਦਮਤ 'ਚ ਹਾਜ਼ਰ ਹੋਇਆ ਹੈ, ਜਿਸ ਵਕਤ 3 ਦਿਹਾੜੇ ਦਰਵਾਜ਼ੇ 'ਤੇ ਮਹਿਮਾਨ ਰਿਹਾ। ਜਲਦੀ ਪੈ ਕਰਦਾ, ਤਵੱਜੋ ਮੇਰੇ ਪਾਸੇ, 3 ਦਿਹਾੜੇ ਦਰਵਾਜ਼ੇ 'ਤੇ ਮਹਿਮਾਨ ਰਿਹਾ। ਜਦੋਂ 3ਜੇ ਦਿਨ
ਜ਼ੈਦ ਤੁਰਨ ਲੱਗਾ ਨਾ, ਇਮਾਮ ਜ਼ੈਦ ਦਾ ਰਸਤਾ ਰੋਕੀਏ ਅਤੇ ਫਰਮਾਏ ਜ਼ੈਦ ਤਿੰਨ ਦਿਨ ਰਿਹਾ ਤੂੰ ਆਪਣੀ ਮਰਜ਼ੀ ਦੇ ਨਾਲ, ਇੱਕ ਦਿਨ ਟਿਕ ਪਾਉ ਮੈਂ ਹੁਸੈਨ ਦੀ ਮਰਜ਼ੀ ਦੇ ਨਾਲ। ਕਦਮਾਂ 'ਤੇ ਹੱਥ ਲਾਇਆ ਸੀ, ਕਦਮਾਂ 'ਤੇ ਹੱਥ ਲਾ ਕੇ ਹੱਥ ਜੋੜ ਕੇ ਆਦਾ ਹੁਜਤ ਖੁਦਾ, ਤੁਹਾਡਾ ਕੋਈ ਅਮਲ ਹੀ ਹੁਜਤ ਤੋਂ ਬਗੈਰ ਨਹੀਂ। ਮੌਲਾ ਮੈਂ ਸਾਰੀ ਜ਼ਿੰਦਗੀ ਇਸ ਦਰਵਾਜ਼ੇ ਦੀ ਨੌਕਰੀ ਦੇਵਾਂ ਤਾਂ ਵੀ ਅੱਲਾ ਜਿਹੜੀ ਤੁਹਾਡੀ ਮੁਹੱਬਤ ਵਾਜਬ ਕੀਤੀ ਹੈ ਉਸ ਦਾ ਹੱਕ ਅਦਾ ਨਹੀਂ ਕਰ ਸਕਦਾ। ਮਗਰ ਹੁਜਤ ਖੁਦਾ ਤੁਸੀਂ ਰੋਕਦੇ ਪਏ ਹੋ, ਬਗੈਰ ਕਿਸੇ ਹੁਜਤ ਤੋਂ ਨਹੀਂ ਰੋਕਦੇ, ਇਸ ਦੀ ਕੋਈ ਖਾਸ ਵਜ੍ਹਾ ਹੈ? ਇਮਾਮ ਜਿਹੜਾ ਜਵਾਬ ਦਿੱਤਾ ਹੈ, ਜਿਹਨਾਂ ਇਬਾਦਤ ਕਰਨੀ ਹੈ, ਜ਼ਾਕਰ ਦਾ ਕੰਮ ਲਫ਼ਜ਼ ਬਿਆਨ ਕਰਨਾ ਹੈ, ਸਮਝਣਾ ਤੁਸਾਂ ਆਪਣਾ ਮੁਕੱਦਰ ਹੈ। ਇਮਾਮ ਜਿਹੜਾ ਜੁਮਲਾ ਫਰਮਾਏ ਇਸ ਆਖਿਆ ਰੋਕਦੇ ਕਿਉਂ ਪਿਓ? ਦੋ ਗੱਲਾਂ ਇਮਾਮ ਕੀਤੀਆਂ। ਇਮਾਮ ਪਹਿਲਾ ਜੁਮਲਾ ਜਿਹੜਾ ਫਰਮਾਇਆ, ਇਮਾਮ ਫਰਮਾਏ ਪਹਿਲੀ ਗੱਲ ਤਾਂ ਇਹ ਕਿ ਤੁਰਨ ਦਾ ਵੇਲਾ ਨਹੀਂ, ਡੀਗਰ ਦਾ ਵੇਲਾ ਹੈ। ਹੋਏ ਜਿਹੜੇ ਸਮਝ ਗਏ ਉਹਨਾਂ ਇਬਾਦਤ ਕਰ ਲਈਏ। ਇਮਾਮ ਫਰਮਾਏ ਤੁਰਨ ਦਾ ਵੇਲਾ ਨਹੀਂ, ਡੀਗਰ ਦਾ ਵੇਲਾ ਹੈ। ਡੀਗਰ ਦੇ ਵੇਲੇ ਮਹਿਮਾਨ ਨੂੰ ਰੋਕ ਕੇ ਇਮਾਮ ਪੇ ਦੱਸਦੇ ਨੇ ਡੀਗਰ ਦਾ ਵੇਲਾ ਤੁਰਨ ਦਾ ਵੇਲਾ ਨਹੀਂ, ਮਦੀਨੇ ਵਾਲਿਓ ਜਾਣ ਲਓ। ਇੰਝ ਕਿਉਂ ਨਾ ਆਖਾਂ ਜਿਹੜਾ ਅੱਧ ਰਾਤ ਵੇਲੇ ਅਕਬਰ ਦੀ ਜੰਜ ਲੈ ਕੇ ਤੁਰਿਆ ਹੈ, ਮਹਿਮਾਨ ਨੂੰ ਡੀਗਰ ਵੇਲੇ ਰੋਕਦਾ ਪਿਆ। ਇਮਾਮ ਫਰਮਾਇਆ ਦੂਜੀ ਗੱਲ ਹੈ, ਮੇਰੀ ਇੱਕ ਹਮਸ਼ੀਰ ਹੈ ਜਿਹੜੀ ਮੇਰੀ ਬਾਹੀਵਾਲ ਵੀ ਹੈ, ਜਿਹਦੇ ਨਾਲ ਹਰ ਕੰਮ 'ਚ ਮੇਰਾ ਅੱਧ ਹੈ। ਮੈਂ ਆਪਣੀ ਉਸ ਹਮਸ਼ੀਰ ਦੇ ਨਾਲ ਮਸ਼ਵਰਾ ਕਰਕੇ ਸਲਾਹ ਕਰਕੇ ਤੇਰੇ ਕੋਲੋਂ ਕੋਈ ਚੀਜ਼ ਮੰਗਣੀ ਹੈ। ਹੋਏ 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 ਹੋਏ, ਜਦੋਂ ਹੁਜਤ ਖੁਦਾ ਆਖਿਆ ਨਾ ਮੈਂ ਤੇਰੇ ਕੋਲੋਂ ਕੋਈ ਚੀਜ਼ ਮੰਗਣੀ ਹੈ, ਇਸ ਦੇ ਜਿਸਮ 'ਤੇ ਲਰਜ਼ਾ ਤਾਰੀ ਹੋਏ। ਹੁਜਤ ਖੁਦਾ ਕਾਇਨਾਤ ਦੀਆਂ ਹਾਜਤਾਂ ਪੂਰੀਆਂ ਕਰਨ ਵਾਲਾ ਇਮਾਮ, ਮੈਂ ਜੈਸੇ ਹਕੀਰ ਨੂੰ ਪਿਆ ਦੇ ਕਿ ਤੇਰੇ ਕੋਲੋਂ ਕੁਝ ਮੰਗਣੇ। ਇਮਾਮ ਤੇ ਜੁਮਲਾ ਫਰਮਾ ਕੇ ਟੁਰ ਗਏ ਨੇ, ਮੋਮਿਨ ਮੁਸੱਲਾ ਇਬਾਦਤ 'ਤੇ ਬਹਿ ਕੇ ਰੋਣਾ ਸ਼ੁਰੂ ਕੀਤਾ। ਹੋ ਮੇਰੇ ਕਰੀਮ ਅੱਲਾ, ਕਿਆ ਉਹ ਮੈਂ ਇਸ ਕਾਬਿਲ ਆਇਆਂ ਸ਼ਬੀਰ ਮੰਗੇ ਅਤੇ ਮੈਂ ਦੇ ਸਕਾਂ? ਰੋਂਦਾ ਹੀ ਏ, ਸੋਚਦਾ ਹੀ ਏ। ਨਿਮਾਜ਼ ਮਗਰਬ ਤੋਂ ਫਾਰਿਗ ਹੋ ਕੇ ਮੇਰੇ ਕਰੀਮ ਇਮਾਮ ਆਲੀਆ ਭੇਣ ਦੇ ਦਰਵਾਜ਼ੇ 'ਤੇ ਆਏ ਨੇ, ਹੱਕੇ ਮਾਰ ਕੇ ਹੁਸੈਨ ਆਖੇ, ਆਲੀਆ ਭੇਣ ਭਰਾ ਕੁਝ ਸਲਾਹ ਕਰਨਾ ਏ, ਮਸ਼ਵਰਾ ਕਰਨਾ ਏ। ਫਰਮਾਏ ਹਾਂ ਸ਼ਬੀਰ ਵੀਰ, ਫਰਮਾਓ ਚਾ। ਸੱਯਦ ਆਲੇ ਅੰਮਾ ਦੀ ਜਾਈ, ਦੂਰ ਦਾ ਮੁਸਾਫਿਰ ਏ, ਮੇਰਾ ਮਹਿਮਾਨ ਏ, ਬਾਬੇ ਦਾ ਸ਼ੀਆ ਏ, ਔਰ ਮੈਂ ਹੁਸੈਨ ਇਜਾਜ਼ ਇਮਾਮਤ ਦੇ ਨਾਲ ਜਾਣਦਾ। ਖੁਦਾ ਉਸਨੂੰ ਇੱਕ ਸ਼ਰਮੋ ਹਯਾ ਦਾ ਪੈਕਰ ਧੀ ਦਿੱਤੀ ਏ, ਜਿਸ ਦਾ ਨਾਮ ਏ ਖਦੀਜਾ। ਤੁਹਾਡਾ ਅਤੇ ਮੇਰਾ ਪੁੱਤਰ ਏ ਇਸ ਦੌਰ ਦਾ ਮੁਹੰਮਦ, ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਉਸ ਦੀ ਸ਼ਰਮੋ ਹਯਾ ਦਾ ਪੈਕਰ ਧੀ ਖਦੀਜਾ ਦੇ ਨਾਲ ਤੁਹਾਡੇ ਮੁਹੰਮਦ ਪੁੱਤਰ ਦਾ ਰਿਸ਼ਤਾ ਤੈਅ ਕਰ ਦੇਵਾਂ। ਬੀਬੀ ਜਿਹੜਾ ਜਵਾਬ ਦਿੱਤਾ ਹੈ, ਬੀਬੀ ਫਰਮਾਇਆ ਸ਼ਬੀਰ ਵੀਰ ਤੁਸਾਂ ਹੁਣ ਦੱਸਣ ਆਇਓ, ਜਿਹੜੇ ਵੇਲੇ ਦਾ ਮਹਿਮਾਨ ਆਏ ਦੁੱਖੇ ਪਾਸੇ ਵਾਲੀ ਮਾਂ ਆ ਕੇ ਦੱਸ ਗਈ। ਉਹ ਮੇਰਾ ਵੀਰ ਹੁਣ ਇਵੇਂ ਨਾ ਜਾਇਆ ਜੇ, ਜਦੋਂ ਦੀ ਅਕਬਰ ਦੀ ਮਸ ਲਾਣੀ ਸ਼ੁਰੂ ਕੀਤੀ ਹੈ ਨਾ, ਅਸਾਂ ਅਕਬਰ ਦੀਆਂ ਮਾਵਾਂ ਅਕਬਰ ਦੀ ਸ਼ਾਦੀ ਦੀ ਤਿਆਰੀ ਸ਼ੁਰੂ ਕਰ ਲਈ ਹੈ। ਉਹ ਮੇਰਾ ਵੀਰ ਇੱਕ ਲਾਜ਼ਾ ਰੁਕੋ, ਬੀਬੀ ਇੱਕ ਸੰਦੂਕ ਚਾਹੇ ਜਿਹਦੇ ਵਿੱਚੋਂ ਇੱਕ ਅੰਗੂਠੀ ਕੱਢੀ ਹੈ। ਫਰਮਾਏ ਇਹ ਅੰਗੂਠੀ ਲੈ ਜਾ, ਇਹ ਅਕਬਰ ਦੀ ਮਾਂ ਅਕਬਰ ਦੀ ਬੰਦਰੀ ਵਾਸਤੇ ਆਪਣੇ ਵਤਨ ਤੋਂ ਮੰਗਵਾਈ। ਦੋ ਤੁਰ ਚਾਹੇ, ਫਰਮਾਏ ਇਹ ਮਾਸੂਮਾਂ ਦੀ ਮਾਂ
ਅਕਬਰ ਦੀ ਬੰਦਰੀ ਵਾਸਤੇ ਆਪਣੇ ਵਤਨ ਤੋਂ ਮੰਗਵਾਏ ਨੇ। ਫਿਰ ਇੱਕ ਚਾਦਰ ਚਾਹੀਏ, ਫਰਮਾਏ ਅਸਾਂ ਤ੍ਰੈ ਅਲੀ ਦੀਆਂ ਧੀਆਂ ਇਸ ਚਾਦਰ ਨੂੰ ਆਪਣਿਆਂ ਹੱਥਾਂ ਦੇ ਨਾਲ ਬੁਣਾ। ਉਹ ਮੇਰਾ ਵੀਰ, ਇਹ ਚਾਦਰ ਦੁਰ 'ਤੇ ਅੰਗੂਠੀ ਲੈ ਜਾ ਅਤੇ ਜ਼ੈਦ ਨੂੰ ਮੇਰਾ ਸਲਾਮ ਦੇਵੀਂ। ਮਹਿਮਾਨ ਨੂੰ ਆਖੀ ਅਲੀ ਦੀ ਧੀ ਸਲਾਮ ਦਿੱਤਾ ਏ ਅਤੇ ਫਰਮਾਏ ਕਿ ਅਸੂਲਾਂ ਅਤੇ ਕਾਨੂੰਨਾਂ ਤੋਂ ਮੈਂ ਡਾਢੀ ਵਾਕਿਫ ਹਾਂ, ਮੈਂ ਜਾਣਦੀ ਹਾਂ ਪੁੱਤਰਾਂ ਵਾਲੇ ਟੁਰ ਕੇ ਆ ਕੇ ਰਿਸ਼ਤਾ ਮੰਗਦੇ ਨੇ, ਮੈਂ ਹੀ ਟੁਰ ਕੇ ਆ ਕੇ ਰਿਸ਼ਤਾ ਮੰਗਾਂ, ਮਗਰ ਮੇਰੀ ਵੱਡੀ ਮਜਬੂਰੀ ਏ, ਮੈਂ ਕਦੇ ਘਰ ਤੋਂ ਬਾਹਰ ਨਹੀਂ ਨਿਕਲੀ, ਨਾ ਮੈਨੂੰ ਟੁਰਨ ਦਾ ਢਾਹ ਆਉਂਦਾ ਏ, ਨਾ ਮੰਗਣ ਦਾ ਢਾਹ ਆਉਂਦਾ ਏ। ਅਦਾਦਾਰਾਂ ਨੇ ਕਰੀਮ ਕਰਬਲਾ ਅਲੈ ਸਲਾਮ ਇਮਾਮ ਆ ਕੇ ਪੈਗਾਮ ਦਿੱਤਾ ਏ, ਮੋਮਿਨ ਸਾਰੀ ਰਾਤ ਮੁਸੱਲਾ ਇਬਾਦਤ ਅਤੇ ਸਜਦਾ ਸ਼ੁਕਰ ਅਦਾ ਕੀਤਾ ਏ। ਨਿਮਾਜ਼ ਫਜਰ ਤੋਂ ਫਾਰਿਗ ਹੋ ਕੇ ਜਿਹੜੇ 70 ਉੱਠ ਸਮਾਂ ਨੇ ਤਜਾਰਤ ਲੈ ਕੇ ਆਏ, ਅਕਬਰ ਦਾ ਸਦਕਾ ਵੰਡ ਕੇ, ਆਲੀਆ ਸੈਣ ਦਾ ਦਿੱਤਾ ਸੰਦੂਕ ਸਰ 'ਤੇ ਰੱਖ ਕੇ, ਸ਼ਹਿਜ਼ਾਦੇ ਦੀ ਤਸਵੀਰ ਸੀਨੇ ਦੇ ਨਾਲ ਲਾ ਕੇ ਤੁਰ ਪਏ ਮਦੀਨੇ ਤੋਂ। ਮੰਜ਼ਲਾਂ ਅਬੂਰ ਕਰਦਾ ਕਰਦਾ ਜਦਾਂ ਹਲਬ ਆਪਣੇ ਮਹੱਲ ਦੇ ਦਰਵਾਜ਼ੇ ਦੇ ਸਾਹਮਣੇ ਪਹੁੰਚੇ ਨਾ ਜ਼ੈਦ, ਅਤੇ ਫਿਰ ਵੇਖਿਆ ਹੈਰਾਨ ਕੁਨ ਮੰਜ਼ਰ, ਜ਼ੈਦ ਦਾ ਦਰਵਾਜ਼ੇ 'ਤੇ ਇਸਤਕਬਾਲ ਪਿਆ ਹੁੰਦਾ ਏ। ਜ਼ੈਦ ਹੈਰਾਨ ਏ, ਮੈਂ ਆਵਣ ਦਾ ਦੱਸਿਆ ਕੋਈ ਨਹੀਂ, ਕਦੇ ਸਜਦਾ ਕੋਈ ਕਾਸਦ ਨਾ ਭੇਜ ਛੋੜਿਆ ਹੋਵੇ, ਇਹ ਸੋਚਦਾ ਪਿਆ ਕਨੀਜ਼ਾਂ ਇਸਤਕਬਾਲ ਪਈਆਂ ਕਰਦੀਆਂ ਨੇ, ਗੁਲਾਮ ਇਸਤਕਬਾਲ ਪਏ ਕਰਦੇ ਨੇ। ਜ਼ੈਦ ਇਹ ਗੱਲ ਪਿਆ ਸੋਚਦਾ ਏ, ਜਾਂ ਜ਼ੈਦ ਦੀ ਜ਼ੋਜਾ ਇਸ ਦੇ ਚਿਹਰੇ ਦੀ ਹੈਰਾਨਗੀ ਭੜ ਕੇ ਨਾ ਇਸ ਨੂੰ ਆਖੇ ਪਰੇਸ਼ਾਨ ਨਾ ਹੋ, ਇਹੀ ਸੋਚਦਾ ਪਿਆ ਨਾ ਕਿ ਸਾਨੂੰ ਤੇਰੇ ਆਵਣ ਦਾ ਕਿਵੇਂ ਪਤਾ ਲੱਗਾ, ਤੂੰ ਜਿਸ ਵਕਤ ਦਾ ਮਦੀਨੀ ਤੁਰਿਆ ਏ ਮੁਹੰਮਦ ਦੀ ਧੀ ਸਾਡੇ ਘਰ ਆ ਕੇ ਦੱਸ ਛੋੜਿਆ, ਸਾਡੇ ਘਰ ਉਹ ਮਖਦੂਮਾ ਆਈਏ ਜਿਹਦੇ ਆਵਣ ਦੇ ਨਾਲ ਸਾਡਾ ਘਰ ਬੁੱਕਾ ਏ ਨੂਰ ਬਣ ਗਿਆ। ਅੱਜ ਤੱਕ ਜੰਨਤ ਦੀਆਂ ਖੁਸ਼ਬੂਆਂ ਪਿਆਉਂਦੀਆਂ ਨੇ, ਰਸੂਲ ਦੀ ਧੀ ਦੱਸ ਛੋੜਿਆ ਏ, ਤੁਹਾਡੇ ਘਰ ਸਾਡੀ ਇਮਾਨਤ ਏ, ਆਪਣੀ ਧੀ ਦਾ ਖਾਸ ਖਿਆਲ ਰੱਖਿਆ ਜੇ, ਆਪਣੇ ਘਰ ਅੱਜ ਤੋਂ ਬਾਅਦ ਕੋਈ ਮਰਦ ਰਿਸ਼ਤੇਦਾਰ ਨਾ ਆਵਣ ਦਿਆ ਜੇ। ਅਦੇ ਪਤਾ ਜੋ ਲੱਗ ਗਿਆ ਜੀ, ਇਹ ਸੰਦੂਕ ਚਾਹ, ਇਸ ਸੰਦੂਕ ਦੇ ਵਿੱਚ ਇੱਕ ਚਾਦਰ ਏ, ਧੀ ਦੇ ਸਰ 'ਤੇ ਚਾਦਰ ਰੱਖ ਅਤੇ ਤਮਾਮ ਕਨੀਜ਼ਾਂ ਨੂੰ ਰਿਸ਼ਤੇਦਾਰਾਂ ਦੇ ਘਰ 'ਚ ਭੇਜ, ਪੈਗਾਮ ਦੇਵਣ ਸਾਡੇ ਘਰ ਅੱਜ ਤੋਂ ਬਾਅਦ ਕੋਈ ਮਰਦ ਰਿਸ਼ਤੇਦਾਰ ਨਾ ਆਵੇ, ਸਾਡੀ ਰਿਸ਼ਤੇਦਾਰੀ ਸ਼ਰੀਫਾਂ ਦੇ ਨਾਲ ਜੁੜ ਗਈ ਹੈ। ਜ਼ੈਦ ਗੁਲਾਮ ਨੂੰ ਨਾਲ ਲਿਆ, ਸ਼ਹਿਜ਼ਾਦੇ ਦੀ ਤਸਵੀਰ ਹਲਬ ਦੇ ਮੇਨ ਚੌਕ 'ਚ ਨਸਬ ਕਰਾਈਏ ਅਤੇ ਐਲਾਨ ਕੀਤਾ ਏ, ਜੈ ਨਬੀਆਂ ਦੇ ਸੁਲਤਾਨ ਦੀ ਜ਼ਿਆਰਤ ਨਹੀਂ ਕੀਤੀ, ਉਹ ਹੁਸੈਨ ਦਾ ਅਕਬਰ ਵੇਖੇ। ਅਜ਼ਾਦਾਰਾਂ ਨੇ ਕਰੀਮ ਕਰਬਲਾ ਅਲੈ ਸਲਾਮ, ਦੂਰ ਦਰਾਜ਼ ਤੋਂ ਲੋਕ ਆਉਣ ਲੱਗ ਪਏ ਨੇ ਜ਼ਿਆਰਤ ਵਾਸਤੇ, ਮੰਤਾਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ। ਜ਼ੈਦ ਇੱਕ ਦਿਨ ਸੋਚਿਆ, ਹੁਸੈਨ ਦਾ ਅਕਬਰ ਏ ਡਾਢਾ ਸੋਹਣਾ, ਬਾਜ਼ਾਰ 'ਚ ਕਿਸੇ ਬਦ ਨਜ਼ਰੇ ਦੀ ਨਜ਼ਰ ਨਾ ਲੱਗ ਜਾਏ। ਆਪਣੇ ਗੁਲਾਮ ਨੂੰ ਬੁਲਾ ਕੇ ਆਖਿਆ, ਸੂ ਮੇਰੇ ਕੋਲ ਜਿਤਨੀ ਵੀ ਦੌਲਤ ਹੈ ਨਾ, ਉਹ ਹੁਸੈਨ ਦੇ ਅਕਬਰ ਦੀ ਜੁੱਤੀ ਦਾ ਸਦਕਾ ਏ। ਬਾਜ਼ਾਰ ਵਿੱਚ ਅਕਬਰ ਦਾ ਸਦਕਾ, ਰੋਜ਼ਾਨਾ ਖਾਣਾ ਪਾਣੀ ਤਕਸੀਮ ਕਰਿਆ ਕਰ, ਮਤਾਂ ਬਾਜ਼ਾਰ 'ਚ ਅਕਬਰ ਨੂੰ ਕਿਸੇ ਬਦ ਨਜ਼ਰੇ ਦੀ ਨਜ਼ਰ ਨਾ ਲੱਗ ਜਾਏ। ਬਾਜ਼ਾਰ 'ਚ ਖਾਣਾ ਪਾਣੀ ਤਕਸੀਮ ਹੋਣ ਲੱਗ ਪਏ, ਜਾਂ ਕਿ ਉਹਨਾਂ ਅੱਖਾਂ ਵਹਿਣ ਦੇ ਬਿਲਕੁਲ ਕਰੀਬ ਆ ਗਿਆ ਜਿਹਨਾਂ ਇਬਾਦਤ ਕਰਨੀ ਹੈ। ਇੱਕ ਪਾਸੇ ਸਦਕੇ ਪਏ ਬਣੀਂਦੇ ਨੇ, ਦੂਜੇ ਪਾਸੇ ਉਹ ਹੁਸੈਨ ਜੈਂ ਡੀਗਰ ਵੇਲੇ ਮਹਿਮਾਨ ਨੇ ਟੁਰਨ ਦਿੱਤਾ, ਅੱਧ ਰਾਤ ਵੇਲੇ ਅਕਬਰ ਦੀ ਜੰਜ ਲੈ ਕੇ ਟੁਰ ਪਿਆ। ਹਾਏ, ਅਕਬਰ ਦੀ ਜੰਜ ਟੁਰੀ ਹੈ,
ਨਾਲ ਉਹ ਟੁਰਦੀਆਂ ਪੀਆਂ ਜਿਨ੍ਹਾਂ ਨੂੰ ਮੁਸੱਲਿਆਂ ਤੱਕ ਲਿਜਾਵਣ ਵਾਸਤੇ ਕਈ ਕਈ ਬਾਂਧੀਆਂ ਹੁੰਦੀਆਂ। ਪੰਜ ਸ਼ਵਾਲ ਨੂੰ ਅਕਬਰ ਦੀ ਜੰਝ ਅੱਲਾ ਦੇ ਸ਼ਹਿਰ ਮੱਕੇ ਵਿੱਚ ਪਹੁੰਚੀ ਏ। ਕੁਝ ਮਹੀਨੇ ਜੰਝ ਕਾਇਮ ਕੀਤਾ ਏ। ਹੱਕ ਤੇ ਆ ਹੁਸੈਨ ਦਾ ਅੱਲਾ ਦੇ ਘਰ ਵਿੱਚ ਅਕਬਰ ਨੂੰ ਸਿਹਰੇ ਪਾਵੇ ਆ ਨਾ, ਮਗਰ ਹਾਜੀਆਂ ਦੇ ਰੂਪ ਵਿੱਚ ਡਾਕੂ ਅਕਬਰ ਦੀ ਜੰਝ ਲੁੱਟਣ ਆ ਗਏ। ਵਾਜਿਬ ਹਜ ਤੋਂ ਇੱਕ ਦਿਨ ਪਹਿਲਾਂ ਅਕਬਰ ਦੀ ਜੰਝ ਲੈ ਕੇ ਟੁਰ ਪਿਆ। ਹਾਏ 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 ਹਾਏ, ਮੈਂ ਅੱਜ ਛੋੜਿਆ, ਤੁਸਾਂ ਸੁਣ ਛੋੜਿਆ, ਬੱਧੇ ਹੋਏ ਇਹਰਾਮ ਤਰੋੜੇ ਨੇ ਹੁਸੈਨ। ਵਾਜਿਬ ਹਜ ਤੋਂ ਇੱਕ ਦਿਨ ਪਹਿਲਾਂ ਅਕਬਰ ਦੀ ਜੰਝ ਲੈ ਕੇ ਟੁਰ ਪਿਆ ਏ। ਅਜਾ ਕੂਫੇ ਤੂੰ ਕੁਝ ਦੂਰ ਆਈ ਅਕਬਰ ਦੀ ਜੰਝ, ਜਾਂ ਇੱਕ ਦੂਰ ਦੇ ਆਏ ਜਾਂਝੀ ਅਕਬਰ ਦੇ ਬਾਬੇ ਦੇ ਘੋੜੇ ਦੀ ਵਾਗ ਵਿੱਚ ਹੱਥ ਪਾਇਆ ਏ। ਅਦੇ ਪੰਧ ਕਰ ਆਇਆ, ਮੇਰਾ ਦਿਲ ਆਉਂਦਾ ਏ ਅਕਬਰ ਦੀ ਜੰਝ ਕਰਬਲਾ ਲੈ ਆਓ। ਦੋ ਮੁਹਰਮ ਜੁਮਰਾਤ ਦਾ ਡੀ ਢੱਲੇ ਦੁਪਹਿਰ ਅਕਬਰ ਦੀ ਜੰਝ ਆ ਗਈ ਏ ਕਰਬਲਾ ਦੇ ਮੈਦਾਨ ਦੇ ਵਿੱਚ। ਮਾਂ ਅਤੇ ਪਿਓ 60,000 ਦਿਨਾਰ ਦੀ ਜਾਗੀਰ ਖਰੀਦ ਕੇ ਅਕਬਰ ਦੇ ਨਾਮ ਕਰਾਈਏ। ਅਕਬਰ ਦੇ ਬਾਬੇ ਕੁੱਚੇ ਟਿੱਬੇ 'ਤੇ ਚੜ ਕੇ ਐਲਾਨ ਕੀਤਾ ਹੈ, ਲੋਗੋ 10 ਮੁਹਰਮ ਨੂੰ ਮੇਰਾ ਅਕਬਰ ਥਾਂ ਸਿਹਰੇ ਪਾਸੀ। ਐਲਾਨ ਹੋਵਣ ਦੀ ਦੇਰ ਆਈ, 70 ਮੁਲਕਾਂ ਦੇ ਕੰਮੀ ਇਕੱਠੇ ਹੋਣੇ ਸ਼ੁਰੂ ਹੋਏ। ਇਤਨੇ ਕੰਮੀ ਇਕੱਠੇ ਹੋਏ ਨੇ 7 ਮੁਹਰਮ ਨੂੰ ਸਾਰੀ ਜੰਝ ਦਾ ਪਾਣੀ ਮੁੱਕ ਗਿਆ ਏ। 72 ਘੰਟੇ ਬੰਦਰਾਈ ਤਸਾਰੇ ਆਏ, ਸਾਰੀ ਜੰਝ ਹੀ ਤੱਸੀ ਰਹੀ ਏ। 10 ਮੁਹਰਮ ਨੂੰ 9 ਲੱਖ ਕੰਮੀਆਂ ਦੇ ਐਨ ਵਸਤ ਵਿੱਚ ਅਕਬਰ ਸਿਹਰਾ ਪਾਇਆ ਏ। ਕੰਮੀ ਢੇਰ ਆਣ ਵੇਲਾ ਗਣੇਂਦਿਆਂ ਦੇਰ ਹੋ ਗਈ। ਸੱਯਦਾਂ ਕੋਂ ਅਕਬਰ ਢੇਰ ਪਿਆਰਾ ਈ, ਕਮੀਆਂ ਮੁਬਾਰਕਬਾਦ ਦਿੱਤੀ। ਮੁਹੱਦਰਾ ਤੇ ਇਸਮਤ ਓ ਤਹਾਰਤ, ਪੁਰਾਣੇ ਬੁਰਕੇ ਤੇ ਜ਼ੇਵਰ ਵੇਲ ਕਰਾਏ, ਨਵੇਂ ਜ਼ੇਵਰ ਪਾਏ। 10 ਤੇ 11 ਦੀ ਰਾਤ ਜਾ ਕੇ ਗੁਜ਼ਾਰੀ, ਅਗਲੀ ਸੁਬਾਹ ਅਕਬਰ ਦੀ ਜੰਝ ਤੁਰਨਾ ਏ, ਅਸਾਂ ਨਾਲ ਵੰਝਣਾ ਏ। ਜਿਹੜੇ ਜਾਂਝੀ ਥੱਕ ਗਏ ਉਹ ਕਰਬਲਾ ਦੇ ਮੈਦਾਨ 'ਚ ਸਮ ਗਏ, ਜਿਨ੍ਹਾਂ ਦੀ ਨਿਬਧੀ ਕੋਈ ਨਹੀਂ, ਔਖੀਆਂ ਸਵਾਰੀਆਂ ਤੇ ਸਵਾਰ ਹੋ ਕੇ ਅਕਬਰ ਦੀ ਜੰਝ ਦੇ ਨਾਲ ਤੁਰ ਪਏ। ਮੰਜ਼ਲਾਂ ਅਬੂਰ ਕਰਦਿਆਂ 13 ਰਬੀਉਲ ਅਵਲ ਢੱਲੇ ਦੁਪਹਿਰ ਅਕਬਰ ਦੀ ਜੰਝ ਆ ਗਈ ਏ। ਅਕਬਰ ਦੇ ਸਾਵਰੇ ਸ਼ਹਿਰ ਹਲਬ ਦੇ ਵਿੱਚ ਐਲਾਨ ਹੋਇਆ, ਜੈ ਸੋਹਣਾ ਬੰਦਰਾ ਵੇਖਣਾ, ਜਲਦੀ ਜਲਦੀ ਹਲਬ ਦੇ ਬਾਜ਼ਾਰ ਦੇ ਵਿੱਚ ਆ ਜਾਓ। ਐਲਾਨ ਹੋਵਣ ਦੀ ਦੇਰ ਆਈ, ਪੂਰਾ ਹੱਲਬ ਹੀ ਲੋਕਾਂ ਦੇ ਹਜੂਮ ਦੇ ਨਾਲ ਭਰ ਗਿਆ ਏ। ਇਤਨਾ ਰਸ਼ ਵਧਿਆ ਏ ਅਕਬਰ ਦੀਆਂ ਮਾਵਾਂ ਕੋ ਵੀ ਲਹਿਣਾ ਪੈ ਗਿਆ ਏ, ਅਕਬਰ ਦੀਆਂ ਭੈਣਾਂ ਕੋ ਵੀ ਲਹਿਣਾ ਪੈ ਗਿਆ ਏ। ਤੁਰਦੀ ਜੰਝ ਉਸ ਮਕਾਮ 'ਤੇ ਆਈ ਏ ਜਿੱਥੇ ਜ਼ੈਦ ਦਾ ਗੁਲਾਮ ਅਕਬਰ ਦਾ ਸਦਕਾ ਖਾਣਾ ਪਾਣੀ ਤਕਸੀਮ ਪਿਆ ਕਰੇਂਦਾ। ਜ਼ੈਦ ਦੇ ਗੁਲਾਮ ਦੀ ਅਚਾਨਕ ਜੋ ਨਜ਼ਰ ਪਈ ਏ, ਇੱਕ ਜ਼ਈਫ ਕੈਦੀ 'ਤੇ, ਜਾਂਦੇ ਹੱਥ ਜ਼ਖਮੀ, ਜਾਂਦੇ ਪੈਰ ਜ਼ਖਮੀ, ਜਾਂਦਾ ਸਰ ਜ਼ਖਮੀ। ਅਦਾ ਜ਼ਖਮੀ ਕੈਦੀ, ਜ਼ਰਾ ਸਰ 'ਤੇ ਚਾਹ ਵੇਖ ਤਾਂ ਸਹੀ, ਹੁਸੈਨ ਦਾ ਅਕਬਰ ਕਿਹੜਾ ਸੋਹਣਾ ਏ। ਇਮਾਮ ਫਰਮਾਏ, ਮੈਨੂੰ ਕਿਉਂ ਵਖੇਂਦਾ ਏ? ਅਦੇ ਮੈਂ ਇੱਥਾਂ ਮੌਜਦਾਤ ਹੁੰਦੇ ਵੇਖੇ ਨੇ, ਮੁਰਦੇ ਜ਼ਿੰਦਾ ਹੁੰਦੇ ਵੇਖੇ ਨੇ, ਬੇਗੁਨਾਹ ਕੈਦੀ ਲੱਗਦਾ ਏ। ਅਕਬਰ ਦਾ ਸਦਕਾ ਤੇਰੇ ਜ਼ੰਜੀਰ ਲੈ ਵੈਸਣ, ਕੈਦਾ ਮੁੱਕ ਵੈਸਣ। ਦੂਜੀ ਗੱਲ ਏ, ਤੇਰੇ ਨਾਲ ਜਿਹੜੇ ਛੋਟੇ ਛੋਟੇ ਬਾਲ ਨੇ,
ਚਿਹਰਿਆਂ ਤੂੰ ਮਹਿਸੂਸ ਹੁੰਦਾ ਏ, ਕਈ ਦਿਨਾਂ ਦੇ ਭੁੱਖੇ ਵੀ ਨੇ ਤੱਸੇ ਵੀ ਨੇ, ਪਿੱਛੇ ਮਿਲਦਾ ਪਿਆ ਅਕਬਰ ਦਾ ਸਦਕਾ, ਭੁੱਖਿਆਂ ਕੋ ਖਾਣਾ ਖਵਾ ਤੱਸਿਆਂ ਕੋ ਪਾਣੀ ਪਿਲਾ, ਜਦਾਂ ਸਦਕੇ ਦਾ ਨਾਮ ਆਏ ਜਨਾਬੇ ਸੱਜਾਦ ਦੀ ਕਣ ਪਿੱਛੂ ਆਵਾਜ਼ ਆਈਏ, ਸੱਜਾਦ ਬਛੜਾ ਇੱਕੂ ਆਖ ਜੇ ਅਕਬਰ ਦਾ ਸਦਕਾ ਪੈ ਦਿੰਦਾ ਏ, ਚਾਰ ਬੁਰਕੇ ਲਈ ਆਵੇ ਮੇਰੀ ਨਿਬੈ ਸੀ ਮੇਰੀ ਕਣ ਪਿੱਛੂ, ਅਕਬਰ ਦੀ ਮਾਂ ਦੇ ਵਾਲ ਖੁੱਲੇ ਹੋਏ ਨੇ, ਹੋ ਗਈ ਮੇਰੇ ਹਿੱਸੇ ਦੀ ਮਜਲਿਸ ਜਾਂ ਇਤਨੀ ਦੇਰ ਵਿੱਚ ਸ਼ਹਿਜ਼ਾਦੇ ਦਾ ਕਾਤਲ ਸ਼ਹਿਜ਼ਾਦੇ ਦੇ ਸਰ ਵਾਲੀ ਸਾਂਗ ਲੈ ਐਨ ਉਸ ਜਗ੍ਹਾ 'ਤੇ ਆ ਖੜਾ ਏ ਜਿੱਥੇ ਸ਼ਹਿਜ਼ਾਦੇ ਦੀ ਤਸਵੀਰ ਨਸਬ ਆਈ, ਜ਼ੈਦ ਦੇ ਗੁਲਾਮ ਦੀ ਅਚਾਨਕ ਜੋ ਨਜ਼ਰ ਪਈ ਏ ਸਾਂਗ ਉੱਤੇ ਵੱਧ ਬਰਜਸਤਾ ਤਸਵੀਰ ਦੇ ਪਾਸੇ ਵੇਖਿਆ ਏ, ਜਦੋਂ ਦੂਜੀ ਵਾਰੀ ਸਾਂਗ 'ਤੇ ਤਸਵੀਰ ਕੋ ਵੇਖਿਆ ਪਗੜੀ ਲਹਾ ਕੇ ਜ਼ਮੀਨ 'ਤੇ ਸੱਟੀ, ਜ਼ੈਦ ਦੇ ਮਹਿਲ ਦੇ ਪਾਸੇ ਦੌੜ ਪਿਆ ਏ, ਆ ਕੇ ਆ ਗਏ ਮਹਿਲ ਨਾ ਸਜਾ ਜਾਂਦੇ ਆਵਣ ਕੀਤੇ ਮਹਿਲ ਪਿਆ ਸਜਾਂਦਾ ਏ, ਉਹ ਬਾਜ਼ਾਰ ਵਿੱਚ ਕੁੱਠਾ ਵੇਖ ਆਇਆ, ਜ਼ੈਦਾ ਦੇ ਬਕਵਾਸ ਨਾ ਕਰ ਆਦਾ ਬਦਸ਼ੁਗਨੀ ਨਾ ਕਰ, ਮੇਰੀ ਧੀ ਬੰਦਰੀ ਬਣੀ ਬੈਠੀ ਏ ਬਦਸ਼ੁਗਨੀ ਪਿਆ ਕਰਦਾ ਏ, ਆਦਾ ਮੇਰੇ ਨਾਲ ਚੱਲ ਕੇ ਵੇਖ ਲੈ ਬਾਜ਼ਾਰ ਦੇ ਵਿੱਚ ਮੈਂ ਬਕਵਾਸ ਨਹੀਂ ਪਿਆ ਕਰਦਾ। ਜ਼ੈਦ ਗੁਲਾਮ ਦੇ ਨਾਲ ਬਾਜ਼ਾਰ ਦੇ ਵਿੱਚ ਆਏ, ਜਦੋਂ ਸਾਂਗਾਂ ਵੇਖੀਆਂ ਆਦਾ ਇਹ ਸਾਂਗਾਂ ਇਕੱਲੀਆਂ ਨੇ ਜਾਂ ਨਾਲ ਕੋਈ ਵਾਰਸ ਹੀ ਮੌਜੂਦ ਏ, ਆਵਾਜ਼ ਆਈ ਏ ਚਾਚਾ ਜ਼ੈਦ ਉੱਚਾ ਨਾ ਬੋਲ ਮੇਰੇ ਨਾਲ ਅਲੀ ਦੀਆਂ ਧੀਆਂ ਕੈਦ ਨੇ। ਜਦੋਂ ਆਖਿਆ ਸੋ ਅਲੀ ਦੀਆਂ ਧੀਆਂ ਕੈਦ ਨੇ, ਅਰੇ ਤੁਸਾਂ ਜੰਝ ਦਾ ਮੇਰੇ ਨਾਲ ਵਾਅਦਾ ਕੀਤਾ, ਕਿੱਥੇ ਅਕਬਰ ਦੀ ਜੰਝ? ਇਮਾਮ ਇਸ਼ਾਰਾ ਕਰਕੇ ਆਦੇ ਨੇ, ਇਹ ਤ੍ਰੀਜੀ ਸਾਂਗ ਹਾਈ ਨੇਜ਼ੇ ਦੀ ਯਾ ਜੰਝਈ ਪੀਰ ਅਕਬਰ ਦੀ, ਆਵੇਗ ਤਾਂ ਸਹੀ ਸ਼ਾਗਿਨ ਆਏ ਕੁੱਲ ਨਕਦੀ ਆਪਣੇ ਘਰ ਦੀ। ਜਦੋਂ ਪਤਾ ਲੱਗਾ ਸੁ ਤ੍ਰੀਜੀ ਸਾਂਗ ਤੇ ਅਕਬਰੇ ਯਾ ਜੰਝੇ ਆਦੇ, ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਮੈਨੂੰ ਇੱਕ ਗੱਲ ਦਾ ਜਵਾਬ ਦੇ, ਉਹ ਕਿਨ ਗਿਆ ਹਾਈ ਜਾਂਦੇ ਚੋਲੇ ਸੀ ਕੇ ਤੇ ਰੱਖ ਗਈ ਆਈ ਮਾਂ ਜ਼ਹਰਾਏ, ਜਾਂਦੇ ਜਗ ਤੂੰ ਵੱਖਰੇ ਮਾਣ ਹਾਨੀ ਕਿਨ ਗਿਆਈ ਵੀਰ ਅਬਾਸ ਅਲਾ।